ਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਬੈਕ ਮਾਈ ਚੈਨਲ ਚਲੋ ਜੀ ਤੁਹਾਡੇ ਭਰਾ ਦਾ ਛੋਟਾ ਜਿਹਾ ਚੈਨਲ ਆ ਅਤੇ ਪਿੱਛੇ ਵੀ ਤੁਹਾਡੇ ਫਨੀ ਜਿਹੀ ਵੀਡੀਓ ਬਣਾਈ ਹੈ ਅੱਜ ਤੁਹਾਡੇ ਲਈ ਲੈ ਕੇ ਆਏ ਅਸੀਂ ਰੈੱਡ ਸੋਡ ਸੋਸ ਪਾਸਤਾ ਬਣਾਵਾਂਗੇ ਠੀਕ ਹੈ ਜੀ ਕਿੱਦਾਂ ਬਣਾਵਾਂਗੇ ਨਾਲ ਹਾਸੀਆਂ ਖੇਡੀਆਂ ਕਰਾਂਗੇ ਫਨ ਵੀ ਕਰਾਂਗੇ ਅਤੇ ਨਾਲ ਰੈਸਪੀ ਵੀ ਬਣਾਵਾਂਗੇ ਲਾਸਟ ਟਾਈਮ ਬਣਾਈ ਸੀ ਬੜੀ ਵਧੀਆ ਚਲੋ ਉਹਦਾ ਬਲੌਗ ਨਹੀਂ ਬਣਾਇਆ ਅਤੇ ਬੜੀ ਟੇਸਟੀ ਬਣੀ ਸੀ ਅੱਜ ਵੇਖਦੇ ਹਾਂ ਕਿੱਦਾਂ ਦੀ ਬਣਦੀ ਆ ਚਲੋ ਆ ਜਾਓ ਦਿਖਾਉਂਦੇ ਹਾਂ ਤੁਹਾਨੂੰ ਕੀ ਆਪਣਾ ਰੈਡੀ ਹੋ ਗਿਆ ਕੀ ਲਿਆ ਗਿਆ ਸੀ ਕਿਚਨ 'ਚ ਅਤੇ ਇਹ ਸਾਡਾ ਪਾਸਤਾ ਜੋ ਕਿ ਥੋੜ੍ਹਾ ਥੋੜ੍ਹਾ ਰੈਡੀ ਹੋ ਗਿਆ ਵਾ ਅਤੇ ਇਹ ਅਸੀਂ ਕੈਸ ਕੱਟ ਲਈਏ ਵਾ ਕੈਪਸਿਕਮ ਇਹ ਸਾਈਜ਼ 'ਚ ਕੱਟਣੀ ਹੈ ਇਹ ਸਲਾਈ ਪਿਆਜ਼ ਕੱਟ ਲਏ ਆਪਾਂ ਠੀਕ ਹੈ ਜੀ ਅਤੇ ਇਹ ਅਸ਼ਤਰ ਸ਼ਸਤਰ ਜਿਨ੍ਹਾਂ ਨੇ ਇਹਨਾਂ ਨੂੰ ਕਤਲੇਆਮ ਕੀਤਾ ਠੀਕ ਹੈ ਜੀ ਜੀ ਫਾਈਨਲੀ ਅਸੀਂ ਪਾਣੀ ਪਾਤਾ ਵਾ ਪਾਣੀ ਕੀਤਾ ਹੈ ਗਰਮ ਉਸ ਤੋਂ ਬਾਅਦ ਅਸੀਂ ਇਹ ਮਸਾਲੇ ਇਕੱਠੇ ਪਾਵਾਂਗੇ ਸਭ ਤੋਂ ਪਹਿਲੇ ਪਾਵਾਂਗੇ ਅਸੀਂ ਪਿਆਜ਼ ਠੀਕ ਹੈ ਬਰਾਊਨ ਥੋੜ੍ਹਾ ਜਿਹਾ ਕਰਕੇ ਅਤੇ ਕਲਰ ਚੇਂਜ ਹੋਏਗਾ ਫਿਰ ਇਸ ਪਾਵਾਂਗੇ ਵਿੱਚ ਮਸਾਲੇ ਸਾਡੀ ਕੈਪਸਿਕਮ ਵੀ ਚੰਗੀ ਤਰ੍ਹਾਂ ਪੱਕ ਚੁੱਕੀਆਂ ਨੇ ਹੁਣ ਇਸ ਪਾਵਾਂਗੇ ਥੋੜ੍ਹੇ ਜਿਹੇ ਟਮਾਟਰ ਠੀਕ ਹੈ ਜੀ ਤਾਂ ਨਾਲ ਵੀ ਥੋੜ੍ਹਾ ਜਿਹਾ ਪਾਵਾਂਗੇ ਜੀ ਸਿਰਕਾ ਸਿਰਕੇ ਨਾਲ ਸਮੈਲ ਤਾਂ ਬਹੁਤ ਵਧੀਆ ਆ ਰਹੀ ਹੈ ਪਾਵਾਂਗੇ ਮਸਾਲੇ ਤੁਹਾਨੂੰ ਦਿਖਾ ਲਓ ਨਾਲ ਨਾਲ ਅਤੇ ਨੋਟ ਕਰੀ ਜਾਇਓ ਕਾਫੀ ਟਾਈਮ ਲੈ ਕੇ ਜਾਂ ਵੀਡੀਓ ਨੂੰ ਬਾਰ ਬਾਰ ਪਾਊਜ਼ ਕਰਕੇ ਦੇਖੀ ਹੁਣ ਇਹਦੇ ਵਿੱਚ ਪਾਵਾਂਗੇ ਥੋੜ੍ਹੀ ਗ੍ਰੀਨ ਚਿਲੀ ਲੀਕਰ ਗ੍ਰੀਨ ਚਿਲੀ ਸੌਸ ਤੁਸੀਂ ਆਪਣੇ ਹਿਸਾਬ ਨਾਲ ਪਾਓ ਜ਼ਿਆਦਾ ਮੁਸ਼ਕਿਲ ਨਾ ਆ ਜਾਵੇ ਬੰਦ ਪਾਵਾਂਗੇ ਜੀ ਚਿਲੀ ਫਲੇਕਸ ਜੇ ਆਪਣੇ ਹਿਸਾਬ ਨਾਲ ਪਾਏ ਜੀ ਚਿਲੀ ਸੌਸ ਉਹਦੇ ਨਾਲ ਪਾਵਾਂਗੇ ਜੀ ਓਰੀਗਾਨੋ ਫਾਈਨਲੀ ਇਸ ਵਿੱਚ ਨਮਕ ਪਾ ਦਿੱਤਾ ਉਹ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਕੁ ਕੁਆਂਟਿਟੀ ਦੇ ਕੇ ਆ ਗਈ 150 ਪਾਸਤਾ ਜੀ ਫਾਈਨਲੀ ਇਹ ਹੋ ਗਿਆ ਮਿਕਸ ਫਾਈਨਲੀ ਰੈੱਡ ਸੋਸ ਥੋੜ੍ਹੀ ਪੱਕ ਚੁੱਕੀ ਹੈ ਉਸਦੇ ਵਿੱਚ ਅਸੀਂ ਪਾਵਾਂਗੇ ਇਹ ਉਹ ਪਾਣੀ ਆ ਜਿਹਦੇ 'ਚ ਅਸੀਂ ਪਾਸਤਾ ਉਬਾਲਦੇ ਹਾਂ ਠੀਕ ਹੈ ਜੀ ਪਾਸਤਾ ਉਬਾਲਿਆ ਹੋਇਆ ਉਹਦਾ ਪਾਣੀ ਅਸੀਂ ਰੱਖ ਲੈਣਾ ਠੀਕ ਹੈ ਜੀ ਉਹ ਜਦੋਂ ਆਪਾਂ ਜੇ ਜਿੰਨੇ ਕੁ ਹਿਸਾਬ ਨਾਲ ਤੁਸੀਂ ਕੁਆਂਟਿਟੀ ਕਰਨੀ ਹੈ ਮਤਲਬ ਕਈ ਸ਼ੌਕੀਨ ਹੈ ਕਿ ਆਪਾਂ ਡਰਾਈ ਖਾਣਾ ਜਾਂ ਥੋੜ੍ਹਾ ਲੀਕ ਵਗੈਰਾ ਵਾਲਾ ਕਰ ਲੈਣਾ ਆਪਾਂ ਉਸ ਹਿਸਾਬ ਨਾਲ ਤੁਸੀਂ ਆਪਣੇ ਹਿਸਾਬ ਨਾਲ ਪਾਣੀ ਦੇ ਵਿੱਚ ਮਿਕਸ ਕਰ ਸਕਦੇ ਹੋ ਫਾਈਨਲੀ ਵੇਖੋ
थोड़ी सॉस भी डार्क डार्क है। दो मिनट इसे पकन देवे, उस तो बाद ये पावे असं पास्ता जो ही। फाइनली आप सॉस पक चुकी है, ना मैं तुम दसागा तो आप थोड़ा थोड़ा पास्ता के पा के नाल ही थोड़ा मिक्स कर लेंगे, फिर थोड़ा थोड़ा पास्ता पा के फिर मिक्स कर लेंगे। फिर थोड़ा थोड़ा पास्ता पा के मिक्स कर लेंगे ना। फाइनली सा पास्ता मिक्स हो चुका है सारा, तो टेस्ट तो बहुत ज़्यादा लाजवाब है। बाकी तुम रेसिपी सारी देखी है, ट्राई जरूर करो क्योंकि बहुत ही ज़्यादा जम्मी बनया। तो हजे तो बड़े नहीं है, तो साइया बधाई, हजे तो बड़े नहीं साइया बधाई, पहले ही बहुत लग चुके हैं। तो चलो भगतौनिया पहले की करिए प्यार आखिर खान गए तो शायद ऑर्डर ऑर्डर आ जाए। चलो फाइनली तुम देखो कि ठीक है जी। बाकी जो तो बनता वा प्लेट पा के अभी तुम सर्व करके दिखाने फिर कि बनता। फाइनली सा पास्ता बन के हो गया रेडी, शेप देखो वीडियो बनाया ठीक है जी। बाकी मैं टेस्ट करके दिखाया कि बहुत ही ज़्यादा जमी बनया, मैं खादा मैं दस सकता। बाकी तुम इन ट्राई जरूर करो अपने घर। बाकी भरा का छोटा जहा चैनल आ, छोटा जहा कि बहुत छोटा जहा चैनल आ, तो ताे प्यार साथ की बहुत ज़्यादा जरूरत है इस चैनल में। इस तरह ही मैं वधिया वधिया वीडियो लेके आ रहा, प्लीज़ मेरी वीडियो कर दो लाइक शेयर, तो चैनल में कर दो सबसक्राइब ताकि तुम होर जी नवी वीडियो अपलोड करते हैं वह नोटिफिकेशन तुम आ सके। तो वधिया वधिया वीडियो देखने के लिए मेरे चैनल को कर दो सबसक्राइब। तो प्लस पॉइंट इन्ना ज़्यादा जमी बनया, पहले भी इन्ना जमी नहीं बनया जिन्ना अद जमी बनया ठीक है जी। सलाम सत श्री अकाल आदाब, तो करो इंजॉय, असं भी करते हैं खा के इंजॉय, मिलते हैं नैक्सट वीडियो। चलो मिठू सभी को बोल दो हमारी वीडियो को लाइक कर शेयर करो और चैनल को करो। थैंक यू।